ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ? ਆਈ ਹੋਪ ਸਾਰੇ ਵਧੀਆ ਹੋਵੋਗੇ। ਅਤੇ ਸਵਾਗਤ ਆ ਜੀ ਅੱਜ ਦੀ, ਅੱਜ ਇਸ ਨਵੀਂ ਵੀਡੀਓ ਦੇ ਵਿੱਚ ਤੁਹਾਡਾ। ਅਤੇ ਅੱਜ ਦਾ ਟੋਪਿਕ ਤੁਸੀਂ ਥੰਬਨੇਲ 'ਤੇ ਦੇਖ ਲਿਆ ਹੋਣਾ, ਜੱਸੀ ਕਤਲ ਕਾਂਡ, ਕਿ ਕਿੱਦਾਂ ਇੱਕ ਕੁੜੀ ਨੂੰ ਆਪਣੇ ਨਾਨਕੇ ਪਿੰਡ ਦੇ ਮੁੰਡੇ ਨਾਲ ਪਿਆਰ ਹੋ ਜਾਂਦਾ, ਅਤੇ ਉਹਦਾ ਫਿਰ ਜਦ ਘਰਦਿਆਂ ਨੂੰ ਪਤਾ ਲੱਗਦਾ ਤਾਂ ਮਾਂ ਕਿਵੇਂ ਮਰ ਪਾਉਂਦੀ ਆ। ਸਟੋਰੀ ਬਾਰੇ ਦੱਸਾਂਗੇ ਜੀ, ਧਿਆਨ ਨਾਲ ਸੁਣਿਓ। ਸਟੋਰੀ ਨੂੰ ਦੋ ਪਾਰਟਾਂ 'ਚ ਵੰਡੂੰਗਾ ਤਾਂ ਕਿ ਛੋਟੀ ਰਹੇ ਟਾਈਮਿੰਗ ਵੀਡੀਓ ਦੀ, ਅਤੇ ਤੁਸੀਂ ਪੂਰੀ ਦੇਖ ਵੀ ਲਓ। ਠੀਕ ਹੈ ਜੀ, ਗੈਪ ਨਹੀਂ ਪਾਵਾਂਗੇ, ਇੱਕ ਦੋ ਦਿਨ ਵਿੱਚ ਅਗਲੀ ਵੀ ਅਪਲੋਡ ਕਰ ਦਾਂਗੇ, ਤਾਂ ਧਿਆਨ ਨਾਲ ਸੁਣਿਓ। ਕਈਆਂ ਨੂੰ ਇਸ ਬਾਰੇ ਪਤਾ ਵੀ ਹੋਣਾ ਜੀ, ਅਤੇ ਕਈਆਂ ਨੂੰ ਨਹੀਂ ਵੀ ਪਤਾ। ਸੋ ਆਪਾਂ ਜੇ ਸ਼ੁਰੂਆਤ ਕਰਦੇ ਹਾਂ ਸਟੋਰੀ ਦੀ, ਅਤੇ ਉਸ ਤੋਂ ਪਹਿਲਾਂ ਪਿਛਲੀ ਵੀਡੀਓ 'ਚ ਜਿਹੜਾ ਮੈਂ ਸਵਾਲ ਪੁੱਛਿਆ ਸੀਗਾ ਉਹਦਾ ਆਂਸਰ ਇੱਕ ਦੋ ਜਣਿਆਂ ਨੇ ਬਹੁਤ ਸਹੀ ਦਿੱਤਾ। ਠੀਕ ਹੈ ਜੀ, ਬਲਦ ਅਤੇ ਰੇੜਾ, ਅਤੇ ਜੇ ਆਪਾਂ ਰੇੜੇ ਦਾ ਪੈਂਚਰ ਲਵਾਉਣਾ ਵੀ ਆ ਤਾਂ ਬਲਦ ਤਾਂ ਕੱਢਣਾ ਹੀ ਪੈਣਾ। ਸੋ ਇਹ ਸੀਗਾ ਜਵਾਬ। ਹੁਣ ਆਪਾਂ ਗੱਲ ਕਰਦੇ ਅੱਜ ਦੀ ਵੀਡੀਓ ਦੀ, ਜਸਟਿਸ ਫੋਰ ਜੱਸੀ। ਇਹ ਕਹਾਣੀ ਅੱਜ ਤੋਂ ਨਹੀਂ ਜੀ, ਇਹ ਕਹਾਣੀ 94 ਤੋਂ ਸ਼ੁਰੂ ਹੋਈ ਆ, ਨਵੰਬਰ 1994 ਤੋਂ। ਅਤੇ ਸ਼ੁਰੂਆਤ ਕਰਦੇ ਹਾਂ, ਸ਼ੁਰੂਆਤ ਹੁੰਦੀ ਹੈ ਜੀ ਨਵੰਬਰ 1994 ਤੋਂ, ਆਪਣਾ ਲੁਧਿਆਣਾ ਜਗਰਾਵਾਂ ਕਮਲ ਚੌਂਕ ਦੇ ਵਿੱਚੋਂ। ਇੱਕ ਮਿੱਠੂ ਨਾਂ ਦਾ ਮੁੰਡਾ ਆਪਣੇ ਯਾਰਾਂ ਦੋਸਤਾਂ ਨਾਲ ਕਬੱਡੀ ਖੇਡਦਾ ਖੇਡ ਕੇ ਆ ਰਿਹਾ ਸੀਗਾ, ਅਤੇ ਚੌਂਕ 'ਚ ਖੜ੍ਹਾ ਸੀ ਆਪਣੇ ਪਿੰਡ ਕੌਂਕੇ ਖੋਸਾ ਜਾਣ ਲਈ, ਰਿਕਸ਼ੇ ਦਾ ਵੇਟ ਕਰਦਾ ਸੀ ਜੋ ਉਸ ਟਾਈਮ ਚੱਲਦੇ ਸੀਗੇ। ਅਤੇ ਇੰਨੇ ਨੂੰ ਤਿੰਨ ਕੁੜੀਆਂ ਜਾਂ ਆਪਾਂ ਲੇਡੀਜ਼ ਕਹਿ ਸਕਦੇ ਹਾਂ ਤੁਰੀਆਂ ਆਉਂਦੀਆਂ ਸੀ ਅੱਡੇ ਦੇ ਵਿੱਚ, ਉਹਨਾਂ ਦੇ ਵਿੱਚੋਂ ਸੀਗੀ ਇੱਕ ਜੱਸੀ ਸਿੱਧੂ, ਜਿਹੜੀ ਇਸ ਕਹਾਣੀ ਦੀ ਮੁੱਖ ਪਾਤਰ ਆ। ਠੀਕ ਹੈ ਜੀ, ਅਤੇ ਜਿਹਦੇ ਲਈ ਜਸਟਿਸ ਚੱਲਿਆ, ਅਤੇ ਜਾਣਾ ਉਸੇ ਪਿੰਡ ਸੀਗਾ ਕਿਉਂਕਿ ਜੱਸੀ ਦੇ ਵੀ ਉਹੀ ਨਾਨਕੇ ਸੀਗੇ ਜੀ, ਅਤੇ ਮਿੱਠੂ ਦਾ ਪਿੰਡ ਸੀਗਾ ਉਹ। ਅਤੇ ਰਕਸ਼ਾ ਆਉਂਦਾ ਅਤੇ ਚੜ੍ਹ ਜਾਂਦੇ ਨੇ ਜੀ, ਚਲੇ ਜਾਂਦੇ ਨੇ। ਉੱਥੇ ਮਿੱਠੂ ਜੱਸੀ ਵੱਲ ਦੇਖਦਾ ਅਤੇ ਜੱਸੀ ਮਿੱਠੂ ਵੱਲ ਦੇਖੀ ਜਾ ਰਹੀ ਹੁੰਦੀ ਆ, ਅਤੇ ਜਿਵੇਂ ਆਪਾਂ ਨੋਰਮਲੀ ਮੁੰਡਿਆਂ ਨਾਲ ਖੇਡਦੇ ਹਾਂ ਉਵੇਂ ਜੱਸ ਮੁੰਡਿਆਂ ਨਾਲ ਗੱਲਬਾਤ ਕਰਦੇ ਹਾਂ, ਉਵੇਂ ਮਿੱਠੂ ਕੀ ਕਰਦਾ ਆਪਣੇ ਯਾਰ ਦੋਸਤ ਨੂੰ ਕਹਿੰਦਾ, ਯਾਰ ਦੇਖੋ ਕੁੜੀ ਨਾਲ ਮੈਂ ਸਾਰੀ ਉਮਰ ਰਹਿਣ ਨੂੰ ਤਿਆਰ ਹਾਂ। ਅਤੇ ਇਹ ਗੱਲ ਜੱਸੀ ਸੁਣ ਲੈਂਦੀ ਆ, ਪਰ ਜੱਸੀ ਸੁਣ ਤਾਂ ਲੈਂਦੀ ਆ ਜੀ, ਉਹ ਸੁਣ ਕੇ ਇੱਕ ਪਰਚੀ 'ਤੇ ਕੁਛ ਲਿਖਦੀ ਆ, ਬਟ ਉਹ ਕੀ ਕਰਦੇ ਆਪਣੇ ਕੋਲ ਰੱਖਦੀ ਆ, ਪਰਚੀ ਦਿੰਦੀ ਨਹੀਂ ਹੈਗੀ। ਅਤੇ ਜਦ ਉਹਨਾਂ ਦਾ ਮਤਲਬ ਕਿ ਪਿੰਡ ਆ ਜਾਂਦਾ ਜਾਂ ਦੋਵੇਂ ਜਣੇ ਉੱਤਰਦੇ ਨੇ, ਤਾਂ ਜੱਸੀ ਉਹਨੂੰ ਪਰਚੀ ਫੜਾ ਦਿੰਦੇ ਆ ਅਤੇ ਉੱਥੋਂ ਚਲੇ ਜਾਂਦੀ ਆ। ਉਸ ਤੋਂ ਬਾਅਦ ਜਦ ਮਿੱਠੂ ਉਹ ਪਰਚੀ ਦੇਖਦਾ ਤਾਂ ਉਸ 'ਚ ਲਿਖਿਆ ਹੁੰਦਾ ਆਈ ਲਵ ਯੂ। ਮਿੱਠੂ ਬੜਾ ਖੁਸ਼ ਹੁੰਦਾ ਦੇਖ ਕੇ, ਵੀ ਲੈ ਵੀ ਬਣ ਗਈ ਗੱਲ, ਵੀ ਚਲੋ ਜੋ ਵੀ ਮਤਲਬ ਕਿ ਮਨ 'ਚ ਖੁਸ਼ੀ ਆ ਜਾਂਦੀ ਹੈ ਨਾ ਬੰਦੇ ਦੀ ਉਸ ਤਰੀਕੇ ਨਾਲ। ਉਸ ਤੋਂ ਬਾਅਦ ਚਲੋ ਘਰ ਚਲੇ ਜਾਂਦਾ ਮਿੱਠੂ, ਰਾਤ ਪੈ ਜਾਂਦੀ ਆ ਅਤੇ ਪੁੱਛਦਾ ਵੀ ਇਹ ਕੁੜੀ ਹੋ ਕੌਣ ਹੋਈ, ਅੱਗੇ ਤਾਂ ਪਹਿਲਾਂ ਕਦੇ ਦੇਖੀ ਨਹੀਂ। ਇੱਥੇ ਦੂਏ ਦਿਨ ਉੱਠਦਾ ਉਹੀ ਕੁੜੀ ਬਾਰ ਮੂਹਰੇ ਖੜ੍ਹੀ ਹੁੰਦੀ ਆ ਸਕੂਟਰ ਲਈ, ਅਤੇ ਕਿੱਕਾਂ ਮਾਰ ਰਹੀ ਹੁੰਦੀ ਆ ਵੀ, ਅਤੇ ਹੈਲਪ ਮੰਗ ਰਹੀ ਹੁੰਦੀ ਆ ਵੀ ਮੇਰਾ ਸਕੂਟਰ ਸਟਾਰਟ ਕਰ ਦਿਉ, ਮੇਰਾ ਸਕੂਟਰ ਸਟਾਰਟ ਨਹੀਂ ਹੁੰਦਾ। ਮਿੱਠੂ ਦੇਖਦਾ ਵੀ ਇਹ ਕੁੜੀ ਕੌਣ ਆ ਆਪਣੇ ਪਿੰਡ ਦੇ ਵਿੱਚ। ਮਿੱਠੂ ਜਾਂਦਾ ਅਤੇ ਉਹਦੀ ਮਤਲਬ ਕਿ ਉਹਦਾ ਸਕੂਟਰ ਸਟਾਰਟ ਹੋਣ ਦੇ ਵਿੱਚ ਹੈਲਪ ਕਰਦਾ, ਅਤੇ ਨਾਲ ਨਾਲ ਹਾਸਾ ਮਖੌਲ ਵੀ ਕਰਦਾ ਵੀ ਜੇ ਸਕੂਟਰ ਚਲਾਉਣਾ ਨਹੀਂ ਆਉਂਦਾ ਜਾਂ ਸਟਾਰਟ ਕਰਨਾ ਨਹੀਂ ਆਉਂਦਾ ਲੈਨੇ ਕਾ ਅਤੇ ਵਗੈਰਾ ਵਗੈਰਾ। ਜੱਸੀ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਸੀਗੀ, ਬਟ ਸਮਝ ਲੈਂਦੀ ਸੀਗੀ, ਇਸ ਲਈ ਉਹ ਇੰਗਲਿਸ਼ 'ਚ ਥੈਂਕ ਯੂ ਨਾਲੇ ਹੱਸੀ ਜਾਂਦੀ ਸੀਗੀ, ਨਾਲੇ ਥੈਂਕ ਯੂ ਓਕੇ ਓਕੇ ਵਗੈਰਾ ਕਰੀ ਜਾਂਦੀ ਸੀਗੀ, ਕਿਉਂਕਿ ਜੱਸੀ ਦੇ ਜਿਹੜੇ ਪੇਰੈਂਟਸ ਸੀਗੇ ਉਹ ਪਿਛੋਕੜ ਤਾਂ ਉਹਨਾਂ ਦਾ ਪੰਜਾਬ ਤੋਂ ਸੀਗਾ, ਉਹ ਇੱਥੋਂ ਪੁਰਾਣੇ ਕੈਨੇਡਾ ਦੇ ਵਿੱਚ ਗਏ ਹੋਏ ਬੰਦੇ ਸੀਗੇ, ਹੁਣ ਤਾਂ ਉਹਨਾਂ ਦਾ ਕਾਰੋਬਾਰ ਬਹੁਤ ਬੜਾ ਸਟੈਬਲਿਸ਼ ਹੋ ਚੁੱਕਿਆ ਸੀ ਜਦ ਤੱਕ। ਅਤੇ ਜੱਸੀ ਇਸ ਕਰਕੇ ਪੰਜਾਬੀ ਸਮਝ ਲੈਂਦੀ ਸੀ, ਪਰ ਉੱਧਰਲੀ ਬੋਰਨ ਹੋਣ ਕਰਕੇ ਉਹ ਇੰਗਲਿਸ਼ ਹੀ ਬੋਲਦੀ ਸੀਗੀ, ਪੰਜਾਬੀ ਬੋਲ ਨਹੀਂ ਸਕਦੀ ਸੀਗੀ। ਉਸ ਤੋਂ ਬਾਅਦ ਕੀ ਹੋਇਆ, ਚਲੋ ਉਹ ਗੱਲ ਹੁੰਦੀ ਰਹੀ, ਅਤੇ ਇੱਕ ਦਿਨ ਫਿਰ ਮਿੱਠੂ ਜੱਸੀ ਨੂੰ ਕਹਿੰਦਾ ਵੀ ਤੂੰ ਮੈਨੂੰ ਜਗਰਾਵਾਂ ਮਿਲ ਵੀ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ, ਅਤੇ ਜੱਸੀ ਕਹਿੰਦੀ ਆ ਵੀ ਓਕੇ ਕੋਈ ਨਹੀਂ। ਉਸ ਤੋਂ ਇੱਕ ਦਿਨ ਫਿਰ ਕੀ ਹੁੰਦਾ ਵੀ ਜੱਸੀ ਆਪਣੀ ਮਾਸੀ ਅਤੇ ਮਾਮੀ ਨਾਲ ਜਗਰਾਵਾਂ ਸ਼ੋਪਿੰਗ ਕਰ ਰਹੀ ਹੁੰਦੀ ਆ ਕੱਪੜੇ ਕੁੱਪੜੀਆਂ ਦੀ ਦੁਕਾਨ 'ਤੇ, ਅਤੇ ਉੱਥੇ ਮਿੱਠੂ ਵੀ ਆਉਂਦਾ, ਮਿੱਠੂ ਨਾਲ ਇਹ ਮਿਲਦੀ ਆ। ਠੀਕ ਆ ਜੀ, ਕੱਪ ਕੁੱਪ ਚਾਹ ਦੇ ਸ਼ੇਅਰ ਹੁੰਦੇ ਨੇ, ਅਤੇ ਹੌਲੀ ਹੌਲੀ ਇੱਦਾਂ ਹੀ ਮਿਲਦੇ ਮਿਲਦੇ ਇੱਕ ਪਿਆਰ ਪੈ ਜਾਂਦਾ ਇਹਨਾਂ ਦੋਨਾਂ ਦੇ ਵਿੱਚ। ਠੀਕ ਆ ਜੀ, ਬੜਾ ਗੂੜਾ ਪਿਆਰ ਪੈ ਜਾਂਦਾ। ਉਸ ਤੋਂ ਬਾਅਦ ਕੀ ਹੁੰਦਾ, ਜੱਸੀ ਕਹਿੰਦੀ ਆ ਵੀ ਮੈਂ ਤੇਰੇ ਨਾਲ ਸਾਰੀ ਉਮਰ ਰਹਿਣਾ ਮਿੱਠੂ ਨੂੰ, ਬਟ ਉਹਨਾਂ ਦੇ ਘਰਦਿਆਂ ਨੇ ਨਹੀਂ ਇਹ ਚੀਜ਼ ਐਕਸੈਪਟ ਕਰਨੀ ਸੀਗੀ, ਕਿਉਂਕਿ ਜੱਸੀ ਕਨੇਡਾ ਦੇ ਵਿੱਚ ਰਹਿਣ ਵਾਲੀ ਕੁੜੀ, ਪੜ੍ਹੀ ਲਿਖੀ, ਪਟੀਸ਼ਨ ਦਾ ਕੋਰਸ ਕਰ ਰਹੀ ਆ, ਠੀਕ ਹੈ ਜੀ, PR ਸਭ ਤੋਂ ਬੜੀ ਗੱਲ, ਬਟ ਇੱਧਰ ਇਹ ਮਿੱਠੂ ਪਲੱਸ ਟੂ ਪਾਸ, ਐਂ ਨਹੀਂ ਕਹਿ ਸਕਦਾ ਵੀ ਮਿੱਠੂ ਘਰੋਂ ਤਕੜਾ ਨਹੀਂ ਸੀਗਾ, ਜਾਂ ਇਹ ਵੀ ਨਹੀਂ ਕਹਿ ਸਕਦੇ ਵੀ ਮਿੱਠੂ ਘਰੋਂ ਬਾਹਲ ਹੀ ਤਕੜਾ। ਠੀਕ ਹੈ, ਐਵਰੇਜ ਇੱਕ ਨੋਰਮਲ ਪਰਿਵਾਰ ਤੋਂ ਸੀਗਾ, ਉਹ ਵੀ ਵਧੀਆ ਖਾਣਾ ਪੀਣਾ ਹੱਸ ਮਤਲਬ ਕਿ ਖੁੱਲ੍ਹਾ ਖਾਣਾ ਪੀਣਾ ਸੀਗਾ, ਵਧੀਆ ਪਰਿਵਾਰ ਸੀਗਾ ਉਹਨਾਂ ਦਾ। ਉਸ ਤੋਂ ਬਾਅਦ ਜੱਸੀ ਘਰ ਆਉਂਦੀ ਆ ਅਤੇ ਆਪਣਾ ਪਾਸਪੋਰਟ ਪਾੜ ਦਿੰਦੀ ਆ,
ਤੇ ਬਹਾਨਾ ਲਾਉਂਦੇ ਆ ਮੇਰੇ ਕੋਲ ਪਾਸਪੋਰਟ ਹੈ ਨਹੀਂ, ਮੇਰਾ ਪਾੜ ਗਿਆ ਪਾਸਪੋਰਟ, ਤੇ ਇੱਥੇ ਰਹਿਣ ਦੀ ਬਹੁਤ ਟਰਾਈ ਕਰਦੀ ਆ। ਬਟ ਇੱਥੇ ਉਹਦੀ ਮਾਂ ਅਤੇ ਮਲਕੀਤ ਕੌਰ ਅਤੇ ਮਾਮਾ ਸੁਰਜੀਤ ਵਧੇਸ਼ਾ, ਇਹਨਾਂ ਦੋਨਾਂ ਦਾ ਬਹੁਤ ਵੱਡਾ ਰੋਲ ਹੈ ਇਸ ਕਤਲਕਾਂਡ ਦੇ ਵਿੱਚ, ਉਹ ਅੱਗੇ ਤੁਹਾਨੂੰ ਦੱਸਾਂਗੇ। ਸੋ ਇਹ ਬਾਹਰ ਪਹਿਲਾਂ ਤੋਂ ਗਏ ਹੁੰਦੇ ਨੇ ਜੀ ਪੁਰਾਣੇ ਸਮਿਆਂ ਤੋਂ, ਅਤੇ ਬੜਾ ਕਾਰੋਬਾਰ ਸਟੈਬਲਿਸ਼ ਹੁੰਦਾ ਇਹਨਾਂ ਦਾ, ਜਾਣ ਪਛਾਣ ਹੁੰਦੀ ਹੈ। 15 ਦਿਨਾਂ ਦੇ ਵਿੱਚ ਨਵਾਂ ਪਾਸਪੋਰਟ ਤਿਆਰ ਕਰ ਦਿੰਦੇ ਨੇ ਅਤੇ ਜੱਸੀ ਨੂੰ ਇੱਥੋਂ ਲੈ ਜਾਂਦੇ ਨੇ। ਜੱਸੀ ਚਲੇ ਜਾਂਦੀ ਹੈ ਜੀ, ਚਲੋ ਬਹੁਤ ਇੱਕ ਦੂਜੇ ਨੂੰ ਮਿਸ ਕਰਦੇ ਨੇ, ਫਿਰ ਉਸ ਤੋਂ ਬਾਅਦ 'ਚ ਇਹ ਠੀਕ ਹੈ ਜੀ ਚਿੱਠੀ ਥਰੂ ਆਪਣਾ ਦਿਲ ਦੀਆਂ ਫੀਲਿੰਗਾਂ ਸ਼ੇਅਰ ਕਰਨ ਦੀ ਇਹ ਕੋਸ਼ਿਸ਼ ਕਰਦੇ ਨੇ। ਜੱਸੀ ਉੱਧਰੋਂ ਇੰਗਲਿਸ਼ 'ਚ ਚਿੱਠੀ ਲਿਖ ਕੇ ਭੇਜਦੀ, ਪਰ ਮੈਥੋਂ ਪਲੱਸ ਟੂ ਪਾਸ ਹੋਣ ਕਰਕੇ ਉਹਨੂੰ ਇੰਗਲਿਸ਼ ਨਹੀਂ ਹੁੰਦੀ। ਫਿਰ ਉਹ ਕਿਸੇ ਨੂੰ ਲੱਭਦਾ ਵੀ ਜਿਹੜੇ ਬੰਦੇ ਨੂੰ ਆਲੇ ਦੁਆਲੇ ਮੇਰੇ ਪਿੰਡ ਦੇ ਵਿੱਚ ਜਾਂ ਕਿਸੇ ਹੋਰ ਪਿੰਡ ਦੇ ਵਿੱਚ ਕੋਈ ਮੁੰਡਾ ਜਿਹਨੂੰ ਇੰਗਲਿਸ਼ ਆਉਂਦੀ ਹੋਵੇ ਉਹ ਮੈਨੂੰ ਦੱਸ ਸਕੇ, ਉਹ ਇੱਕ ਉਹ ਚਿੱਠੀ ਪੜ੍ਹਾਉਂਦਾ, ਅਤੇ ਇੱਧਰੋਂ ਉਹ ਪੰਜਾਬੀ 'ਚ ਜਵਾਬ ਲਿਖ ਕੇ ਭੇਜਦਾ, ਅਤੇ ਉੱਧਰੋਂ ਪੰਜਾਬੀ ਉਹਨੂੰ ਨਹੀਂ ਪੜ੍ਹਨੀ ਆਉਂਦੀ ਹੁੰਦੀ ਸੀਗੀ, ਅਤੇ ਉਹ ਵੀ ਇੱਕ ਟਰਾਂਸਲੇਟਰ ਲੱਭਦੀ ਫਿਰਦੀ ਹੁੰਦੀ ਸੀਗੀ ਵੀ, ਫਿਰ ਇੱਕ ਟਰਾਂਸਲੇਟ ਕਰਕੇ ਉਹ ਇੱਕ ਦੂਜੇ ਨਾਲ ਗੱਲਬਾਤ ਕਰਦੇ ਸੀਗੇ। ਫਿਰ ਇੱਕ ਦਿਨ ਪੱਕਾ ਹੁੰਦਾ ਸੀਗਾ, ਜਗਰਾਓਂ ਸ਼ਹਿਰ ਚਲਾ ਜਾਂਦਾ ਸੀਗਾ ਮਿੱਠੂ ਪਹਿਲੀ ਸਵੇਰੇ ਵੀ ਅੱਜ ਜੱਸੀ ਦਾ ਫੋਨ ਆਉਣਾ। ਇੱਦਾਂ ਹੀ 4 ਸਾਲ ਬੀਤ ਜਾਂਦੇ ਨੇ ਜੀ, ਅਤੇ 4 ਸਾਲਾਂ ਬਾਅਦ ਜੱਸੀ ਫਿਰ ਮੁੜਦੀ ਆ। ਵੈਸੇ ਘਰਦਿਆਂ ਨੂੰ ਘਰਦਿਆਂ ਦਾ ਰੀਜ਼ਨ ਸੀਗਾ ਜੱਸੀ ਨੂੰ ਵਾਪਸ ਭੇਜਣ ਦਾ ਵੀ, ਜੱਸੀ ਦਾ ਹੁਣ ਵਿਆਹ ਕਰਦੀ ਹੈ ਕਿਉਂਕਿ ਇੰਡੀਆ ਦੇ ਵਿੱਚ ਇੱਕ ਬੰਦੇ ਨਾਲ ਇਹਦਾ ਰਿਸ਼ਤਾ ਤੈਅ ਹੋ ਚੁੱਕਿਆ ਸੀ ਮੁੰਡੇ ਨਾਲ, ਬਟ ਕਿਸੇ ਕਾਰਨਾਂ ਕਰਕੇ ਉਹ ਰਿਸ਼ਤਾ ਨਹੀਂ ਹੁੰਦਾ, ਟੁੱਟ ਜਾਂਦਾ। ਅਤੇ ਉਸ ਤੋਂ ਬਾਅਦ ਜੱਸੀ ਮਿੱਠੂ ਨੂੰ ਮਿਲਦੀ ਆ, ਫਿਰ ਇੱਕ ਦੂਜੇ ਨਾਲ ਜੋ ਵੀ ਦਿਲ ਦੀਆਂ ਸ਼ੇਅਰਿੰਗਾਂ ਫੇਸ ਟੂ ਫੇਸ ਹੁੰਦੀਆਂ ਨੇ, ਅਤੇ ਫਿਰ ਕਹਿੰਦੇ ਆ ਵੀ ਆਪਾਂ ਨੂੰ ਵਿਆਹ ਕਰਾਉਣਾ, ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ, ਹੁਣ ਮੈਂ ਵਾਪਸ ਨਹੀਂ ਜਾਣਾ। ਚਲੋ ਮਿੱਠੂ ਕਹਿੰਦਾ ਵੀ ਕੋਈ ਚੱਕਰ ਨਹੀਂ ਹੈਗਾ, ਆਪਾਂ ਵਿਆਹ ਕਰਵਾ ਲੈਂਦੇ ਹਾਂ, ਅਤੇ ਵੀ ਪਿੰਡ ਨਹੀਂ ਕਰਵਾਉਂਦੇ, ਕਿਤੇ ਦੂਰ ਦੁਰਾਡੇ ਗੁਰਦੁਆਰੇ 'ਚ ਲਾਵਾਂ ਲੈ ਲੈਂਦੇ ਹਾਂ। ਅਤੇ ਇੱਕਣੇ ਹੁੰਦਾ ਜੀ, ਉਹ ਵਿਆਹ ਕਰਵਾ ਲੈਂਦੇ ਨੇ, ਅਤੇ ਫਿਰ ਥੋੜ੍ਹੇ ਸਮੇਂ ਬਾਅਦ ਜੱਸੀ ਦਾ ਵਾਪਸ ਜਾਣ ਦਾ ਟਾਈਮ ਹੋ ਜਾਂਦਾ ਜੀ, ਅਤੇ ਜੱਸੀ ਬਹੁਤ ਕਹਿੰਦੀ ਵੀ ਮੈਂ ਵਾਪਸ ਨਹੀਂ ਜਾਣਾ, ਵੀ ਹੁਣ ਮੈਂ ਤੇਰੇ ਨਾਲ ਸਾਰੀ ਜ਼ਿੰਦਗੀ ਰਹਿਣਾ। ਬਟ ਮਿੱਠੂ ਕਹਿੰਦਾ ਵੀ ਕੋਈ ਚੱਕਰ ਨਹੀਂ, ਤੂੰ ਚਲਾ ਜਾ, ਇੱਕ ਵਾਰ ਨਹੀਂ ਤੇਰੇ ਘਰਦਿਆਂ ਨੂੰ ਸ਼ੱਕ ਹੋ ਜਾਣਾ। ਅਤੇ ਜੱਸੀ ਜੀ ਚਲੇ ਜਾਂਦੀ ਆ, ਮਿੱਠੂ ਜਾਂਦਾ ਉਹਨੂੰ ਏਅਰਪੋਰਟ 'ਤੇ ਛੱਡਣ, ਅਤੇ ਚਲੇ ਜਾਂਦੀ ਆ। ਉਹ ਕਣੇ ਫਿਰ ਚਲੇ ਜਾਂਦੇ ਆ ਮਿਸ ਕਰਨਾ ਇੱਕ ਦੂਜੇ ਨੂੰ, ਠੀਕ ਆ ਜੀ। ਅਤੇ ਚਲੋ ਉਦੋਂ ਤੱਕ ਤਾਂ ਮਿੱਠੂ ਦੇ ਘਰ ਲੈਂਡਲਾਈਨ ਫੋਨ ਵੀ ਲੱਗ ਚੁੱਕਿਆ ਸੀਗਾ, ਫਿਰ ਹੁਣ ਫੋਨ 'ਤੇ ਗੱਲਾਂ ਹੁੰਦੀਆਂ ਰਹਿੰਦੀਆਂ ਸੀ ਇੱਕ ਦੂਜੇ ਦੀਆਂ। ਪਰ ਇੱਕ ਇੱਥੇ ਪੰਗਾ ਪੈ ਜਾਂਦਾ, ਪੰਗਾ ਇਹ ਪੈ ਜਾਂਦਾ ਜੀ, ਹਰਦੇਵ ਸਿੰਘ ਮਿੱਠੂ ਨਾਂ ਦਾ ਬੰਦਾ ਜੋ ਇਹਨਾਂ ਦੇ ਇਹਨਾਂ ਨੂੰ ਜਾਂਦੇ ਦੇਖਦਾ ਪਿੰਡ ਦਾ ਹੀ ਹੁੰਦਾ, ਉਹ ਦੇਖ ਲੈਂਦਾ ਜੀ ਵੀ ਜੱਸੀ ਕਿਸੇ ਨਾਲ ਏਅਰਪੋਰਟ 'ਤੇ ਸੀ ਜਾਂ ਏਅਰਪੋਰਟ 'ਤੇ ਉਹਨੂੰ ਕੋਈ ਛੱਡ ਕੇ ਗਿਆ। ਉਹ ਕੀ ਕਰਦਾ, ਇਹਦੇ ਪੇਰੈਂਟਸ ਨੂੰ ਫੋਨ ਕਰ ਦਿੰਦਾ, ਮਾਂ ਨੂੰ ਅਤੇ ਮਾਮੇ ਨੂੰ ਫੋਨ ਕਰ ਦਿੰਦਾ ਵੀ ਇੱਦਾਂ ਇੱਦਾਂ ਆਹ ਗੱਲ ਹੋਈ ਹੈ, ਜੋ ਉਹ ਦੇਖਦਾ। ਅਤੇ ਮਾਂ ਅਤੇ ਮਾਮੇ ਦੇ ਕੰਨ ਹੋ ਜਾਂਦੇ ਨੇ ਵੀ ਸਾਡੀ ਕੁੜੀ ਨੇ ਕੁਛ ਕਰਤਾ, ਬਟ ਉਹ ਜੱਸੀ ਨੂੰ ਦੱਸਦੇ ਨੇ। ਉਹ ਜੱਸੀ 'ਤੇ ਨਿਗ੍ਹਾ ਰੱਖਣ ਲੱਗ ਚੁੱਕੇ ਵੀ ਹੁਣ ਕੀ ਕੀਤਾ, ਪਤਾ ਲੱਗ ਜਾਵੇ ਜਿਹੜਾ ਉਹਨਾਂ ਨੂੰ। ਉਸ ਤੋਂ ਬਾਅਦ ਜੱਸੀ ਚਲੋ ਉਹ ਤਿਆਰੀ 'ਚ ਹੁੰਦੀ ਆ ਵੀ ਹੁਣ ਮੇਰਾ ਇਹਦੇ ਨਾਲ ਵਿਆਹ ਹੋ ਗਿਆ, ਵੀ ਮੈਂ ਹੁਣ ਮਿੱਠੂ ਨੂੰ ਆਪਣੇ ਕੋਲ ਬੁਲਾਵਾਂ, ਵੀ ਉਹ ਫਾਇਲ ਫੁੱਲ ਤਿਆਰ ਕਰਨ ਲੱਗ ਜਾਂਦੀ ਆ, ਜਿਵੇਂ ਹੁਣ ਉਹਨਾਂ ਦੀਆਂ ਫੋਟੋਜ਼ ਹੁੰਦੀਆਂ ਨੇ, ਠੀਕ ਹੈ, ਚੰਡੀਗੜ੍ਹ ਵਗੈਰਾ ਹਨੀਮੂਨ ਬਣਾਉਣ ਜਾਂਦੇ ਨੇ, ਸਾਰਾ ਕੁਛ ਜਾਣੀ ਕਿ ਉਹਨੂੰ ਹੁੰਦਾ, ਉਹ ਇੱਕ ਫਾਇਲ ਤਿਆਰ ਕਰਦੀ ਆ ਉਹ, ਅਤੇ ਉਹ ਮਤਲਬ ਕਿ ਅੰਬੈਸੀ 'ਚ ਲਾਉਣ ਦੀ ਟਰਾਈ ਕਰ ਰਹੀ ਹੁੰਦੀ ਆ। ਉੱਥੋਂ ਪਤਾ ਲੱਗ ਜਾਂਦਾ ਘਰਦਿਆਂ ਨੂੰ, ਜਦ ਉਹ ਫਾਇਲ ਘਰਦਿਆਂ ਦੇ ਹੱਥ ਲੱਗ ਜਾਂਦੀ ਆ ਨਾ ਮਾਂ ਦੇ, ਵੀ ਪਤਾ ਲੱਗ ਜਾਂਦਾ ਵੀ ਸਾਡੀ ਕੁੜੀ ਨੇ ਵਿਆਹ ਕਰਵਾ ਲਿਆ ਆਹ ਬੰਦੇ ਨਾਲ, ਵਿਆਹ ਕਰਵਾ ਲਿਆ। ਅਤੇ ਮਾਂ ਤਾਂ ਬਹੁਤ ਅੱਗ ਬਬੂਲਾ ਹੋ ਜਾਂਦੀ ਆ ਵੀ ਹਾਂ ਸਾਡੀ ਕੁੜੀ ਸਾਡੇ ਕਹਿਣੇ ਤੋਂ ਬਾਹਰ ਹੋ ਗਈ, ਇਹਨੇ ਵਿਆਹ ਕਰਵਾ ਲਿਆ, ਠੀਕ ਹੈ। ਅਤੇ ਜੱਸੀ ਨਾਲ ਬਹੁਤ ਜ਼ਿਆਦਾ ਕੁੱਟਮਾਰ ਹੁੰਦੀ ਆ ਉਦੋਂ ਘਰਦਿਆਂ ਵੱਲੋਂ, ਬਹੁਤ ਜ਼ਿਆਦਾ ਜੱਸੀ ਨੂੰ ਕੁੱਟਿਆ ਜਾਂਦਾ, ਅਤੇ ਫਿਰ ਆਖਰ ਦੇ ਵਿੱਚ ਉਹਨੂੰ ਨਜ਼ਰਬੰਦ ਕਰ ਲਿਆ ਜਾਂਦਾ ਘਰ ਦੇ ਵਿੱਚ ਜੱਸੀ ਨੂੰ। ਇੱਧਰ ਪੰਜਾਬ ਦੇ ਵਿੱਚ ਮਿੱਠੂ ਨਾਲ ਵੀ ਇਹੀ ਹਾਲ ਹੋਇਆ ਹੁੰਦਾ, ਮਿੱਠੂ 'ਤੇ ਬਹੁਤ ਜ਼ਿਆਦਾ ਦਬਾਅ ਪ੍ਰੈਸ਼ਰ ਬਣਾਇਆ ਜਾਂਦਾ ਵੀ ਤੂੰ ਜੱਸੀ ਨੂੰ ਛੱਡ ਦੇ, ਇਹ ਤਰ੍ਹਾਂ ਤਰ੍ਹਾਂ ਦੀਆਂ ਉਹਨੂੰ ਲਾਲਚ ਦਿੰਦੇ ਵੀ ਤੂੰ 1 ਕਰੋੜ ਰੁਪਇਆ ਲੈ ਲਾ ਜਾਂ ਜ਼ਮੀਨ ਲੈ ਲਾ, ਠੀਕ ਹੈ, ਪਰ ਜੱਸੀ ਨੂੰ ਛੱਡ ਦੇ। ਮਿੱਠੂ ਕਹਿੰਦਾ ਨਾ ਕੋਰਾ ਕਰਾਲਾ, ਮਿੱਠੂ ਸੀ ਸੱਚੇ ਪਿਆਰ ਵਾਲਾ, ਕਹਿੰਦਾ ਨਹੀਂ ਬਾਈ ਵੀ ਮੈਂ ਉੱਦਾਂ ਹੀ ਜੱਸੀ ਨਾਲ ਰਹਿਣਾ ਚਾਹੁੰਦਾ, ਵੀ ਮੈਨੂੰ ਤੁਹਾਡੇ ਪੈਸਿਆਂ ਨਾਲ ਜਾਂ ਤੁਹਾਡੀ ਜਾਇਦਾਦ ਨਾਲ ਮੈਨੂੰ ਕੋਈ ਮਤਲਬ ਨਹੀਂ, ਜੱਸੀ ਚਾਹੇ ਉਰੇ ਰਹੇ ਚਾਹੇ ਕੈਨੇਡਾ ਰਹੇ, ਮੈਂ ਜੱਸੀ ਨਾਲ ਵੈਸੇ ਰਹਿਣਾ ਚਾਹੁੰਦਾ, ਤੁਸੀਂ ਆਪਣੀ ਇੱਕ ਜਾਇਦਾਦ ਦਾ ਹਿੱਸਾ ਵੀ ਜੱਸੀ ਨੂੰ ਨਾ ਦਿਓ। ਚਲੋ ਇੱਦਾਂ ਗੱਲ ਹੈ, ਪਰ ਇੱਧਰੋਂ ਘਰਦੇ ਨੂੰ ਕੁਛ ਇਹ ਮਨਜ਼ੂਰ ਨਹੀਂ ਸੀਗਾ, ਇਸ ਲਈ ਇਹ ਚੀਜ਼ ਦਾ ਪ੍ਰੈਸ਼ਰ ਬਣਾਇਆ ਜਾਂਦਾ। ਪਰ ਫਿਰ ਕੀ ਹੁੰਦਾ, ਜੱਸੀ ਕਿਸੇ ਨਾ ਕਿਸੇ ਤਰੀਕੇ ਨਾਲ ਪੁਲਿਸ ਦੀ ਮਦਦ ਲੈ ਕੇ ਘਰੋਂ ਨਜ਼ਰਬੰਦ 'ਚੋਂ, ਮਤਲਬ ਕਿ ਜੋ ਉਹਨੂੰ ਨਜ਼ਰਬੰਦ ਕੀਤਾ ਜਾਂਦਾ, ਉੱਥੋਂ ਨਿਕਲ ਜਾਂਦੀ ਆ। ਅਤੇ ਪਰ ਇੱਧਰ ਇਹਦੇ ਮਾਂ ਪਿਓ ਪੈਸਾ ਬਹੁਤ ਹੋਣ ਕਰਕੇ ਇਹ ਚੀਜ਼ਾਂ ਤੋਂ ਬਚਦੇ ਰਹਿੰਦੇ ਸੀਗੇ। ਅਤੇ ਫਿਰ ਨਾ ਇੱਥੇ ਮਾਂ ਇੱਕ ਉਹਨਾਂ ਦੀ ਸਾਜ਼ਿਸ਼ ਖੇਲਦੀ ਆ ਜੱਸੀ ਦੀ ਮਾਂ। ਉਹ ਕੀ ਕਰਦੀ ਆ ਵੀ ਚੱਲ ਕੋਈ ਨਹੀਂ ਪੁੱਤ, ਵੀ ਮੈਂ ਤੁਹਾਡੇ ਵਿਆਹ ਤੋਂ ਰਾਜ਼ੀ ਹਾਂ,
ਚਲੋ ਵੀ ਹੁਣ ਤੱਕ ਮੈਂ ਜੋ ਕੀਤਾ ਉਹ ਮੇਰੀ ਗਲਤੀ ਸੀਗੀ ਵਗੈਰਾ ਵਗੈਰਾ ਕਰਕੇ ਜੱਸੀ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਇੱਕ ਫਾਈਲ ਜੱਸੀ ਦੇ ਮੂਹਰੇ ਦਿੰਦੀ ਆ ਕੁਝ ਕਾਗਜ਼ ਦਿੰਦੀ ਆ ਜਿਹਦੇ ਵਿੱਚ ਲਿਖਿਆ ਹੁੰਦਾ ਵੀ ਹਾਂ ਅਸੀਂ ਮਿੱਠੂ ਨੂੰ ਇੱਧਰ ਬੁਲਾਉਣ ਨੂੰ ਤਿਆਰ ਆ ਵੀ ਉਹ ਸਾਡੇ ਨਾਲ ਕਾਰੋਬਾਰ 'ਚ ਹੱਥ ਮਿਲਾਏ ਵੀ ਤੇਰੇ ਨਾਲ ਰਹਿ ਸਕਦਾ ਤੇ ਜੱਸੀ ਜਦ ਦੇਖਦੀ ਹੈ ਪੜ੍ਹਦੀ ਆ ਵੀ ਉਤਲੇ ਕਾਗਜ਼ ਵੀ ਹਾਂ ਲੈ ਵੀ ਤਾਂ ਵਾਕਈ ਵੀ ਇੱਧਰ ਬੁਲਾਉਣੇ ਨੇ ਉਹ ਕੀ ਕਰਦੀ ਉਹ ਸਾਈਨ ਕਰ ਦਿੰਦੀ ਆ ਬਟ ਉਹਨਾਂ ਪੇਪਰਾਂ ਦੇ ਵਿੱਚ ਕਾਗਜ਼ ਇਦਾਂ ਦਾ ਵੀ ਸੀਗਾ ਜਿਹਦੇ ਉੱਤੇ ਲਿਖਿਆ ਹੋਇਆ ਸੀਗਾ ਵੀ ਮਿੱਠੂ ਨੇ ਜੱਸੀ ਨਾਲ ਧੱਕਾ ਕੀਤਾ ਤੇ ਇਸ ਤਹਿਤ ਫਿਰ ਸੰਗਰੂਰ ਜੇ ਆਪਣੇ ਸੰਗਰੂਰ ਦੀ ਪੁਲਿਸ ਮਿੱਠੂ 'ਤੇ ਕੇਸ ਦਰਜ ਕਰਕੇ ਮਿੱਠੂ ਨੂੰ ਚੱਕ ਲੈਂਦੀ ਆ ਧੱਕਾ ਕਰਨ ਦੇ ਕੇਸ ਦੇ ਵਿੱਚ ਫਿਰ ਗੱਲਬਾਤ ਹੋਣੀ ਬੰਦ ਹੋ ਜਾਂਦੀ ਆ ਅਤੇ ਜੱਸੀ ਨੂੰ ਇੱਦਾਂ ਲੱਗਦਾ ਵੀ ਲੈ ਵੀ ਕੁਛ ਹੋ ਗਿਆ ਵੀ ਜਿਹੜਾ ਮਿੱਠੂ ਨਾਲ ਮੇਰੀ ਗੱਲਬਾਤ ਨਹੀਂ ਹੋ ਰਹੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇੰਡੀਆ ਪਹੁੰਚਦੀ ਆ ਇੰਡੀਆ ਆ ਕੇ ਦੇਖਦੀ ਆ ਉਹ ਵਾਕਈ ਜਦ ਮਿੱਠੂ ਜੇਲ੍ਹ ਦੇ ਵਿੱਚ ਹੁੰਦਾ ਤਾਂ ਉਹ ਇੰਡੀਆ ਆ ਕੇ ਪੁਲਿਸ ਕੋਲ ਗਵਾਹੀ ਦਿੰਦੀ ਆ ਵੀ ਜੋ ਮੇਰੇ ਨਾਲ ਹੋਇਆ ਅਸੀਂ ਜਾਂ ਅਸੀਂ ਵਿਆਹ ਕਰਵਾਇਆ ਉਹ ਸਭ ਸਹਿਮਤੀ ਨਾਲ ਕਰਵਾਇਆ ਜੀ ਸਾਰੀ ਸਹਿਮਤੀ ਨਾਲ ਕਰਵਾਇਆ ਅਤੇ ਉਸ ਤੋਂ ਬਾਅਦ ਉਹ ਕੇਸ ਵਾਪਸ ਲਿਆ ਜਾਂਦਾ ਅਤੇ ਕਿਹਾ ਜਾਂਦਾ ਵੀ ਇਹ ਸਾਈਨ ਮੇਰੇ ਤੋਂ ਧੋਖੇ ਨਾਲ ਕਰਵਾਏ ਗਏ ਨੇ ਚਲੋ ਕੇਸ ਵਾਪਸ ਲਿਆ ਜਾਂਦਾ ਮਿੱਠੂ ਨੂੰ ਛੱਡ ਦਿੰਦੇ ਨੇ ਅਤੇ ਉਸ ਤੋਂ ਬਾਅਦ ਇਹ ਤੈਅ ਕਰਦੇ ਨੇ ਵੀ ਆਪਾਂ ਪਿੰਡ 'ਚ ਨਹੀਂ ਰਹਿਣਾ ਵੀ ਪਿੰਡ ਦੇ ਵਿੱਚ ਸੂਹਾਂ ਲੱਗਦੀਆਂ ਰਹਿੰਦੀਆਂ ਨੇ ਲੋਕਾਂ ਨੂੰ ਅਤੇ ਆਪਾਂ ਕਿਤੇ ਬਾਹਰ ਚੱਲਦੇ ਹਾਂ ਕਿਤੇ ਸ਼ਹਿਰ ਕਿਤੇ ਰਿਸ਼ਤੇਦਾਰਾਂ 'ਤੇ ਰਹਿਣ ਲੱਗਦੇ ਹਾਂ ਜਾਂ ਆਪਾਂ ਕਿਤੇ ਬਾਹਰ ਰਹਿਣਾ ਪੰਜਾਬ ਤੋਂ ਬਾਹਰ ਵੀ ਕਈ ਕਾਫੀ ਟਾਈਮ ਮੈਂ ਪੰਜਾਬ ਤੋਂ ਬਾਹਰ ਰਹਿੰਦੇ ਨੇ ਸ਼ਿਮਲਾ ਵਗੈਰਾ ਜਾਂ ਰਿਸ਼ਤੇਦਾਰਾਂ ਦੇ ਵਿੱਚ ਅਤੇ ਕਾਫੀ ਟਾਈਮ ਲੰਘ ਜਾਂਦਾ ਅਤੇ ਪਰ ਇਹਨਾਂ ਦੇ ਇਧਰਲੀ ਸਾਈਡ 'ਚ ਆਪਾਂ ਗੱਲ ਕਰੀਏ ਮਾਂ ਅਤੇ ਮਾਮਾ ਦਾ ਸੰਘਰਸ਼ ਉਵੇਂ ਹੀ ਚੱਲਦਾ ਰਹਿੰਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਕਾਬੂ ਕਰੀਏ ਫਿਰ ਇੱਕ ਦਿਨ ਇੱਦਾਂ ਹੁੰਦਾ ਕਿ ਜੱਸੀ ਦੀ ਮਾਮਾ ਉਹਨੂੰ ਫੋਨ ਕਰਦੀ ਆ ਮਾਂ ਮਲਕੀਤ ਕੌਰ ਕਿ ਪੁੱਤ ਚਲੋ ਅਸੀਂ ਤਿਆਰ ਹਾਂ ਅਸੀਂ ਸਹਿਮਤ ਹੀ ਹਾਂ ਹੁਣ ਜੋ ਵੀ ਹੋਈ ਸਾਡੀ ਗਲਤੀ ਹੋਈ ਯਾਨੀ ਕਿ ਇੱਕ ਵਾਰ ਫਿਰ ਜੱਸੀ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਆਪਣੀ ਗੱਲਾਂ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਜੱਸੀ ਆ ਜਾਂਦੀ ਆ ਅਤੇ ਚਲੋ ਕੀ ਹੁੰਦਾ ਉਹ ਮੰਨ ਜਾਂਦੇ ਨੇ ਫਿਰ ਕੀ ਕਰਦੇ ਨੇ ਉਹ ਪਿੰਡ ਆ ਜਾਂਦੇ ਨੇ ਠੀਕ ਹੈ ਜੀ ਅਤੇ ਪਿੰਡ ਆ ਜਾਂਦੇ ਨੇ ਫਿਰ ਉਹ ਆਪਣੇ ਪਿੰਡ ਰਹਿਣ ਲੱਗ ਜਾਂਦੇ ਨੇ ਅਤੇ ਉੱਥੇ ਫਿਰ ਨਾ ਜਿਵੇਂ ਹੁਣ ਆਪਾਂ ਘਰ ਦੇ ਕਹਿਣ ਲੱਗ ਜਾਂਦੇ ਨੇ ਜਾਂ ਆਪਣੇ ਯਾਰ ਦੋਸਤ ਕਹਿਣ ਲੱਗ ਜਾਂਦੇ ਨੇ ਮਿੱਠੂ ਨੂੰ ਇੱਦਾਂ ਹੀ ਕਹਿਣ ਲੱਗ ਗਏ ਸੀ ਯਾਰ ਲਿਆ ਯਾਰ ਪਾਰਟੀ ਦੇ ਹੁਣ ਤਾਂ ਸਾਰੇ ਮੰਨ ਗਏ ਹੁਣ ਤਾਂ ਤੁਹਾਡਾ ਵਿਆਹ ਹੋ ਗਿਆ ਕੈਨੇਡਾ ਵਾਲੀ ਭਰਜਾਈ ਆ ਗਈ ਯਾਨੀ ਕਿ ਜਿਵੇਂ ਯਾਰ ਦੋਸਤ ਕਰਦੇ ਹੁੰਦੇ ਨੇ ਉਹਨੇ ਫਿਰ ਕਿਹਾ ਵੀ ਜਦ ਮਿੱਠੂ ਵੀ ਸੋਚਦਾ ਵੀ ਚੱਲ ਹੁਣ ਪਾਰਟੀ ਕਰ ਹੀ ਦਿੰਦੇ ਜੇ ਸਭ ਮਤਲਬ ਕਿ ਰਾਜ਼ੀ ਨੇ ਸਾਡੇ ਵਿਆਹ ਤੋਂ ਅਤੇ ਕੀ ਕਰਦੇ ਨੇ ਫਿਰ ਮਿੱਠੂ ਭਾਈ ਪਾਰਟੀ ਦੀ ਤਿਆਰੀ ਕਰਨ ਲੱਗ ਜਾਂਦਾ ਜੀ ਉਸ ਟਾਈਮ ਉਹ ਨਾਨਕੇ ਪਿੰਡ ਹੁੰਦਾ ਅਤੇ ਕੀ ਹੁੰਦਾ ਪਾਰਟੀ ਪੂਰਟੀ ਦਿੰਦਾ ਸ਼ੋਪਿੰਗ ਸ਼ੂਪਿੰਗ ਕਰਕੇ ਲਿਆ ਕੇ ਆਉਂਦਾ ਅਤੇ ਫਿਰ ਨਾ ਜੱਸੀ ਕੀ ਕਹਿੰਦੀ ਹੈ ਇੱਕ ਦਿਨ ਮਿੱਠੂ ਨੂੰ ਵੀ ਮੇਰਾ ਦਿਲ ਨਹੀਂ ਲੱਗਦਾ ਘਰੇ ਵੀ ਤੂੰ ਮੈਨੂੰ ਕਮਾ ਲਿਆਇਆ ਕਰ ਸ਼ਹਿਰ ਜਾਂਦਾ ਹੀ ਹੁੰਦਾ ਅਤੇ ਕੀ ਕਰਦੇ ਨੇ ਵੀ ਇੱਕ ਦਿਨ ਜੱਸੀ ਨੂੰ ਸ਼ਹਿਰ ਕਮਾਉਣ ਲੈ ਜਾਂਦਾ ਮਿੱਠੂ ਅਤੇ ਉਹ ਵਧੀਆ ਸ਼ਹਿਰ ਘੁੰਮਦੇ ਨੇ ਜੀ ਸ਼ੋਪਿੰਗ ਵਗੈਰਾ ਕਰਦੇ ਨੇ ਆਈਸਕ੍ਰੀਮਸ ਵਗੈਰਾ ਕੌਫੀ ਚਾਹ ਵਗੈਰਾ ਪੀਂਦੇ ਨੇ ਠੀਕ ਹੈ ਜੀ ਅਤੇ ਉਸ ਤੋਂ ਬਾਅਦ ਕੀ ਹੁੰਦਾ ਉਹਨਾਂ ਦੇ ਮਨ ਦੇ ਵਿੱਚ 1% ਵੀ ਇਹ ਖਿਆਲ ਨਹੀਂ ਆਉਂਦਾ ਵੀ ਜੋ ਅਸੀਂ ਮਤਲਬ ਕਿ ਇਸ ਟਾਈਮ ਰਹਿ ਰਹੇ ਹਾਂ ਉਹ ਸਾਡੇ ਉੱਤੇ ਇੱਕ ਸਾਜ਼ਿਸ਼ ਰਚੀ ਜਾ ਰਹੀ ਆ ਕਿਉਂਕਿ ਉਹਦੀ ਮਾਂ ਜੱਸੀ ਨੂੰ ਪਤਾ ਨਹੀਂ ਸੀ ਬਿਲਕੁਲ ਕਿ ਉਹਦੀ ਮਾਂ ਉਹਦਾ ਬੇਵਕੂਫ ਬਣਾ ਰਹੀ ਆ ਮੂਰਖ ਬਣਾ ਰਹੀ ਆ ਉਹਦੇ ਅਸਲੇ ਪਿੱਛੇ ਸੱਚਾਈ ਕੀ ਸੀਗਾ ਠੀਕ ਹੈ ਜੀ ਫਿਰ ਜੱਸੀ ਉਸ ਦਿਨ ਜੱਸੀ ਮਲੇਰਕੋਟਲੇ ਤੋਂ ਵਾਪਸ ਆ ਰਹੇ ਸੀਗੇ ਸ਼ੋਪਿੰਗ ਕਰਕੇ ਮੂੰਹ ਨੇਰੇ ਦਾ ਟਾਈਮ ਸੀਗਾ ਤਾਂ ਕੀ ਹੁੰਦਾ ਮਿੱਠੂ ਦੇਖਦਾ ਪਿੱਛੇ ਵੀ ਸਾਡੇ ਸਕੂਟਰ ਦੇ ਪਿੱਛੇ ਦੋ ਜਣੇ ਮੋਟਰਸਾਈਕਲ 'ਤੇ ਦੋ ਮੋਟਰਸਾਈਕਲ ਪਿੱਛਾ ਕਰ ਰਹੇ ਨੇ ਮਿੱਠੂ ਸੋਚਦਾ ਵੀ ਸ਼ਾਇਦ ਉੱਦਾਂ ਹੀ ਕੋਈ ਮੰਡੀਰ ਹੋਊਗੀ ਜੋ ਗੇੜੀਆਂ ਮਾਰਦੀ ਰਹਿੰਦੀ ਆ ਉਹ ਇਗਨੋਰ ਕਰਕੇ ਆਪਣੀ ਚਾਲ ਚੱਲਦਾ ਰਹਿੰਦਾ ਜੀ ਅਤੇ ਉਸ ਤੋਂ ਬਾਅਦ ਜਦੋਂ ਮਲੇਰਕੋਟਲੇ ਵਾਲੇ ਸੜਕ ਤੋਂ ਆਪਣੇ ਪਿੰਡ ਵਾਲੇ ਮੋੜ ਮੁੜਦਾ ਅਤੇ ਸਾਹਮਣੇ ਇੱਕ ਪੁਲ ਦੇ ਉੱਤੇ ਇੱਕ ਚਿੱਟੇ ਰੰਗ ਦੀ ਮਰੂਤੀ ਖੜ੍ਹੀ ਹੁੰਦੀ ਆ ਅਤੇ ਮਰੂਤੀ ਖੜ੍ਹੀ ਹੁੰਦੀ ਆ ਪਹਿਲਾਂ ਤਾਂ ਮਿੱਠੂ ਦੇ ਮਨ ਦੇ ਵਿੱਚ ਖਿਆਲ ਆਉਂਦਾ ਵੀ ਸ਼ਾਇਦ ਕੁਝ ਹੋ ਸਕਦਾ ਬਟ ਫਿਰ ਉਹ ਇਗਨੋਰ ਕਰ ਦਿੰਦਾ ਫਿਰ ਉਹ ਸੋਚਦਾ ਵੀ ਨਹੀਂ ਵੀ ਸ਼ਾਇਦ ਕੋਈ ਲੁੱਟ ਖੋਹ ਵਾਲਾ ਨਸ਼ੇ ਪੱਤੇ ਵਾਲਾ ਬੰਦਾ ਖੜ੍ਹਾ ਹੋਊਗਾ ਵੀ ਉਹ ਆਪਣੀ ਚਾਲ ਚੱਲਦਾ ਰਹਿੰਦਾ ਇਗਨੋਰ ਕਰਦਾ ਰਹਿੰਦਾ ਹਰ ਇੱਕ ਚੀਜ਼ ਨੂੰ ਜਦ ਮਿੱਠੂ ਦਾ ਸਕੂਟਰ ਮਰੂਤੀ ਕੋਲ ਲੰਘਦਾ ਉਹ ਮਰੂਤੀ 'ਚੋਂ ਬੰਦਿਆਂ ਨਿਕਲ ਕੇ ਜਦ ਮਿੱਠੂ ਦੇ ਹਾਕੀ ਮਾਰਨ ਦੀ ਕੋਸ਼ਿਸ਼ ਕਰਦੇ ਨੇ ਹਾਕੀ ਮਿੱਠੂ ਦੇ ਲੱਗਦੀ ਨਹੀਂ ਮਿੱਠੂ ਉਹ ਹਾਕੀ ਲੱਗਦੀ ਆ ਜੱਸੀ ਦੇ ਜੱਸੀ ਮਾਰਦੀ ਆ ਚੀਕ ਅਤੇ ਉਸ ਤੋਂ ਬਾਅਦ ਮਿੱਠੂ ਸਕੂਟਰ ਛੱਡ ਦਿੰਦਾ ਅਤੇ ਦੋਨੋਂ ਡਿੱਗ ਜਾਂਦੇ ਨੇ ਬੰਦੇ ਖੜ੍ਹੇ ਹੁੰਦੇ ਨੇ ਜੀ ਅਤੇ ਜੱਸੀ ਨੂੰ ਫੜ ਕੇ ਸਾਈਡ 'ਤੇ ਕਰ ਦਿੰਦੇ ਮਿੱਠੂ ਦੇ ਉੱਤੇ ਇੰਨੀ ਕੁੱਟਮਾਰ ਕਰਦੇ ਨੇ ਜੀ ਉਹਦੇ ਸਿਰ 'ਚ ਰਾੜਾ ਮਾਰਦੇ ਨੇ ਉਹਨੂੰ ਤਲਵਾਰਾਂ ਨਾਲ ਵੱਢ ਦਿੰਦੇ ਨੇ ਪੂਰਾ ਯਾਨੀ ਕਿ ਮਰਿਆ ਬੰਦਾ ਕਰ ਦਿੰਦੇ ਨੇ ਠੀਕ ਹੈ ਜੀ ਕਿਉਂਕਿ ਉਹ ਆਏ ਇਸ ਕੰਮ ਲਈ ਹੁੰਦੇ ਨੇ ਵੀ ਇੱਕ ਦੂਜੇ ਨੂੰ ਵੱਖ ਕੀਤਾ ਜਾਵੇ ਇੱਦਾਂ ਨਹੀਂ ਤਾਂ ਇੱਦਾਂ ਕਹਿੰਦੇ ਨਹੀਂ ਹੁੰਦੇ ਨੇ ਕਿ ਵੀ ਜੇ ਘਿਓ ਸਿੱਧੀ ਉਂਗਲੀ ਨਾ ਨਿਕਲੇ ਤਾਂ ਟੇਢੀ ਕਰਨੀ ਪੈਂਦੀ ਆ ਬਹੁਤ ਮਿੱਠੂ ਨਾਲ ਕੁੱਟਮਾਰ ਕਰਦੇ ਨੇ ਜੀ ਉਹਨੂੰ ਵੜ ਦਿੰਦੇ ਨੇ ਰਾੜਾ ਮਾਰਦੇ ਨੇ ਇੱਧਰ ਜੱਸੀ ਵਿਚਾਰੀ ਰੋਂਦੀ ਆ ਚੀਕਦੀ ਆ ਝਗਿਆੜਾ ਮਾਰਦੀ ਆ ਵੀ
ਹੈਲਪ ਹੈਲਪ ਨਾਲ ਕਰਦੀ ਆ ਵੀ ਮੇਰੇ ਹਸਬੈਂਡ ਨੂੰ ਕਿਉਂ ਮਾਰ ਰਹੇ ਨੇ ਇਹ, ਠੀਕ ਹੈ ਜੀ, ਚਲੋ ਉਹ ਚੀਜ਼ ਹੁੰਦੀ ਰਹਿੰਦੀ ਆ। ਉਸ ਤੋਂ ਬਾਅਦ ਇਹ ਮਿੱਠੂ ਨੂੰ ਪੁਲ ਦੇ ਉੱਤੇ ਪੈ ਛੱਡ ਕੇ ਜੱਸੀ ਨੂੰ ਗੱਡੀ 'ਚ ਬਿਠਾ ਕੇ ਫਾਰਮ ਹਾਊਸ ਲੈ ਜਾਂਦੇ ਨੇ। ਉਸ ਤੋਂ ਬਾਅਦ ਕੀ ਹੁੰਦਾ, ਜੱਸੀ ਨਾਲ ਕੀ ਹੁੰਦਾ, ਮਿੱਠੂ ਨਾਲ ਕੀ ਹੁੰਦਾ, ਹੁਣ ਇਹ ਅਗਲੇ ਪਾਰਟ 'ਚ ਦੱਸਾਂਗੇ ਜੀ। ਇੰਨਾ ਕੁ ਠੀਕ ਹੈ ਕਿਉਂਕਿ ਪਾਰਟ ਲੰਬਾ ਹੋ ਜਾਣਾ ਸੀਗਾ। ਸਟੋਰੀ ਇੱਥੇ ਤੱਕ ਕਿੱਦਾਂ ਲੱਗੀ ਦੱਸਿਓ ਕਮੈਂਟ ਕਰਕੇ, ਅਤੇ ਅਗਲੀ ਸਟੋਰੀ ਲਈ ਐਕਸਾਈਟ ਰਹੋ ਜੀ। ਇੱਕ ਦੋ ਦਿਨ ਦੇ ਵਿੱਚ ਹੀ ਪਾ ਦਾਂਗੇ ਆਪਾਂ, ਠੀਕ ਆ ਜੀ, ਇੱਕ ਦੋ ਦਿਨ ਦਾ ਗੈਪ ਪਾ ਕੇ ਵਿੱਚ ਹੀ ਸਟੋਰੀ ਪਾ ਦਾਂਗੇ। ਅਤੇ ਉਸ ਤੋਂ ਬਾਅਦ ਜੇ ਕੁਝ ਇੱਧਰ ਉੱਧਰ ਵਰਡ ਹੋ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ ਆ ਜੀ, ਠੀਕ ਹੈ ਜੀ। ਅਤੇ ਇੱਕ ਗੱਲ ਹੋਰ ਜੀ, ਜਦ ਜੱਸੀ ਵਾਪਸ ਆਉਂਦੀ ਹੁੰਦੀ ਆ ਆਪਣਾ ਇੰਡੀਆ ਦੇ ਵਿੱਚ, ਜਦ ਇਹਨੂੰ ਮਿੱਠੂ ਨੂੰ ਛਡਾਉਣ, ਉਦੋਂ ਤੱਕ ਉਹ ਕਾਫ਼ੀ ਸਾਰੀਆਂ ਪੰਜਾਬੀ ਦੀ ਟਿਊਸ਼ਨਾਂ ਲੈ ਲੈਂਦੀ ਆ ਜੀ, ਅਤੇ ਪੰਜਾਬੀ ਸਿੱਖ ਲੈਂਦੀ ਆ ਅਤੇ ਤਾਂ ਕਿ ਈਜ਼ਲੀ ਕਨਵਰਸੇਸ਼ਨ ਹੋ ਸਕੇ। ਸੋ ਬਾਕੀ ਆਪਾਂ ਅਗਲੀ ਸਟੋਰੀ ਦੱਸਾਂਗੇ ਵੀ ਜੱਸੀ ਨਾਲ ਕੀ ਹੋਇਆ ਅਤੇ ਕਿੱਦਾਂ, ਮਤਲਬ ਕਿ ਜੱਸੀ ਨਾਲ ਹੋਇਆ ਤਾਂ ਪਤਾ ਹੀ ਹੈ ਸਭ ਨੂੰ ਕੀ ਹੋਇਆ, ਬਟ ਕਿੱਦਾਂ ਹੋਇਆ ਅਤੇ ਫਾਰਮ ਹਾਊਸ 'ਚ ਕੀ ਕੀਤਾ ਗਿਆ ਜੱਸੀ ਨੂੰ ਲਿਜਾ ਕੇ, ਅਤੇ ਮਿੱਠੂ ਨਾਲ ਪਾਏ ਨੂੰ ਉੱਥੇ ਕੀ ਹੋਇਆ। ਸੋ ਆਪਾਂ ਅਗਲੀ ਸਟੋਰੀ 'ਚ ਦੱਸਾਂਗੇ। ਬਾਕੀ ਮਿਲਦੇ ਹਾਂ ਜੀ ਆਪਾਂ ਅਗਲੀ ਸਟੋਰੀ ਦੇ ਵਿੱਚ। ਜੇ ਸਟੋਰੀ ਵਧੀਆ ਲੱਗੀ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਜਿਹੜਾ ਨਵੇਂ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਅਗਲੀ ਸਟੋਰੀ ਵੀ ਤੁਹਾਨੂੰ ਇਸ ਦਾ ਐਂਡਲਾ ਪਾਰਟ ਵੀ ਪਤਾ ਲੱਗੇ। ਅਤੇ ਬਾਕੀ ਮਿਲਦੇ ਹਾਂ ਜੀ ਆਪਾਂ, ਧੰਨਵਾਦ।